ਸੋ ਪਰਸੋਂ ਨੂੰ 6 ਜੂਨ ਨੂੰ ਮਹਾਂਪੁਰਖਾਂ ਦਾ ਔਰ ਜੂਨ 84 ਦੇ ਸ਼ਹੀਦਾਂ ਦਾ ਮਹਾਨ ਘੱਲੂਘਾਰਾ ਸ਼ਹੀਦੀ ਦਿਹਾੜਾ ਬੜੇ ਚਾਅ ਨਾਲ ਉਤਸ਼ਾਹ ਨਾਲ ਸੰਗਤਾਂ ਮਨਾ ਰਹੀਆਂ ਹਨ। ਮੈਂ ਇੱਕ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਮੀਡੀਆ ਦੇ ਵਿੱਚ ਕਿ ਅੰਮ੍ਰਿਤ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ 8 ਵਜੇ ਅਰਦਾਸ ਹੁੰਦੀ ਹੈ। ਪਹਿਲਾਂ ਅਖੰਡ ਪਾਠ ਸਾਹਿਬ ਦੇ ਭੋਗ ਪੈਂਦੇ ਹਨ। ਕਈ ਲੋਕ ਜਾਣ ਬੁੱਝ ਕੇ ਬੜਾ ਕੂੜ ਦਾ ਪ੍ਰਚਾਰ ਕਰਦੇ ਹੈ, ਅਖੇ ਜੀ ਮਹਿਤੇ ਨਾ ਜਾਓ, ਉੱਥੇ ਘੱਲੂਘਾਰਾ ਮਨਾਉਣ ਦਾ ਕੋਈ ਅਰਥ ਨਹੀਂ। ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਮਹਿਤੇ ਤਾਂ ਸ਼ਹੀਦੀ ਘੱਲੂਘਾਰਾ ਉਦੋਂ ਤੋਂ ਮਨਾਇਆ ਜਾ ਰਿਹਾ ਜਦੋਂ ਸਿੱਖ ਜਗਤ ਵਿੱਚ ਕਿਸੇ ਨੇ ਵੀ ਨਹੀਂ ਮਨਾਉਣਾ ਅਜੇ ਸ਼ੁਰੂ ਕੀਤਾ ਸੀ। 6 ਜੂਨ ਨੂੰ ਹੀ ਜਿਸ ਦਿਨ ਹਰਿਮੰਦਰ ਸਾਹਿਬ 'ਤੇ ਜਿਹੜੇ ਦਿਨਾਂ ਵਿੱਚ ਹਮਲਾ ਹੋਇਆ, ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਨੇ 6 ਜੂਨ 1984 ਵਿੱਚ ਉਸੇ ਦਿਨ ਹੀ ਫੌਜ ਦੀ ਘੇਰਾਬੰਦੀ ਸੀ ਹੈੱਡਕੁਆਟਰ ਨੂੰ ਪੂਰਨ ਰੂਪ ਵਿੱਚ, ਜਿਹੜੇ ਅੰਦਰ ਸਿੰਘ ਸਨ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਅੱਜ ਹੀ ਦਰਬਾਰ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਅਖੰਡ ਪਾਠ ਰੱਖੋ। ਔਰ ਬਾਅਦ ਦੁਪਹਿਰ ਉਸ ਦਿਨ ਸਾਧ ਸਿੰਘ ਜੀ ਅਖੰਡ ਪਾਠ ਸਾਹਿਬ ਰੱਖ ਕੇ 8 ਜੂਨ 1984 ਵਿੱਚ ਹੀ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਯਾਦ ਮਨਾਈ ਗਈ। ਉਦੋਂ ਤਾਂ ਪੰਥ ਵਿੱਚ ਕਿਸੇ ਨੇ ਵੀ ਅਜੇ ਘੱਲੂਘਾਰਾ ਨਹੀਂ ਮਨਾਇਆ ਸੀ ਅਤੇ ਦਮਦਮੀ ਟਕਸਾਲ ਦੇ ਹੈੱਡਕੁਆਟਰ 'ਤੇ 8 ਜੂਨ ਨੂੰ ਅਰਦਾਸ ਕਰਕੇ ਅਖੰਡ ਪਾਠ ਸਾਹਿਬ ਦਾ ਭੋਗ ਪਾ ਕੇ ਸ਼ਹੀਦਾਂ ਦਾ ਘੱਲੂਘਾਰਾ ਮਨਾਉਣਾ ਸ਼ੁਰੂ ਕੀਤਾ। ਇਸ ਕਰਕੇ ਮੈਂ ਬੇਨਤੀ ਕਰਦਾ ਸ੍ਰੀ ਅਕਾਲ ਤਖਤ ਸਾਹਿਬ ਵੀ ਆਪਾਂ ਸੁਬਹਾ ਸੁਬਹਾ ਹਾਜ਼ਰੀ ਭਰਨੀ ਹੈ, ਔਰ ਜੋ ਦਮਦਮੀ ਟਕਸਾਲ ਦਾ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ, ਉਹ ਉਹਨਾਂ ਸ਼ਹੀਦਾਂ ਦਾ ਆਪਣਾ ਘਰ ਹੈ। ਜੂਨ 84 ਦੇ ਸ਼ਹੀਦ ਮਹਿਤੇ ਵਿੱਚ ਹੀ ਰਹਿ ਕੇ ਗੁਰਮਤਿ ਦੀ ਵਿੱਦਿਆ ਪ੍ਰਾਪਤ ਕਰਦੇ ਰਹੇ, ਔਰ ਉਹਨਾਂ ਸ਼ਹੀਦਾਂ ਦੀ ਉਹ ਕਰਮ ਭੂਮੀ ਹੈ ਜਿੱਥੇ ਰਹਿ ਕੇ ਉਹਨਾਂ ਨੇ ਦਮਦਮੀ ਟਕਸਾਲ ਵਿੱਚੋਂ ਗੁਰਮਤਿ ਦੀ ਵਿੱਦਿਆ ਪ੍ਰਾਪਤ ਕੀਤੀ। ਔਰ ਜਿਹੜਾ ਧਰਮ ਯੁੱਧ ਮੋਰਚਾ ਵੀ ਆਰੰਭ ਕੀਤਾ ਸੰਤਾਂ ਨੇ, ਉਹ ਮਹਿਤੇ ਤੋਂ ਜਾ ਕੇ ਹੀ ਆਰੰਭ ਕੀਤਾ ਸੀ। ਔਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਹਮੇਸ਼ਾ ਇਹ ਗੱਲ ਕਿਹਾ ਕਰਦੇ ਸਨ, ਉਹਨਾਂ ਦੇ ਮੁਖਾਰ ਬਿੰਦ ਤੋਂ ਬਚਨ ਹੈ ਕਿ ਜਦੋਂ ਮੈਂ ਸ਼ਹੀਦ ਹੋ ਜਾਵਾਂ, ਜਿੱਥੋਂ ਦੀ ਸੰਗਤ ਲੰਘਦੀ ਹੈ ਆਪਣੇ ਚਰਨ ਲੈ ਕੇ, ਉੱਥੇ ਮਹਿਤੇ ਗੁਰਦੁਆਰੇ ਦੀ ਚਰਨ ਗੰਗਾ ਕੋਲੇ ਮੇਰਾ 2 ਫੁੱਟ ਦਾ ਨਿਸ਼ਾਨ ਸਾਹਿਬ ਲਾ ਦਿਓ, ਹੋਰ ਕੋਈ ਮੇਰੀ ਯਾਦਗਾਰ ਨਹੀਂ ਬਣਾਉਣੀ। ਮਹਿਤੇ ਲਈ ਉਹਨਾਂ ਦੇ ਬਚਨ ਹੈ। ਉਹ ਤਾਂ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਹੋਈ, ਤਰਸ ਹੋਇਆ ਸਤਿਗੁਰਾਂ ਦੇ ਚਰਨਾਂ ਵਿੱਚ ਉਹਨਾਂ ਦੀ, ਅਤੇ ਜੂਨ 84 ਦੇ ਸ਼ਹੀਦਾਂ ਦੀ ਯਾਦਗਾਰ ਬਣੀ ਹੈ। ਸਾਰੇ ਪੰਥ ਨੇ ਸੇਵਾ ਕੀਤੀ ਹੈ। ਪਰ ਮੈਂ ਇਹ ਜ਼ਿਕਰ ਤਾਂ ਕਰਦਾ ਕਿ ਜਿਹੜੇ ਲੋਕਾਂ ਨੂੰ ਮਹਿਤੇ ਸ਼ਹੀਦੀ ਦਿਹਾੜਾ ਮਨਾਉਣ ਦੀ ਤਕਲੀਫ ਹੈ, ਜਦੋਂ ਪੰਥ ਲਈ ਟਿਕਟਾਂ ਲਈਆਂ, MP ਬਣੇ, ਉਦੋਂ ਵੀ ਮਹਿਤਿਓਂ ਮਿਲਿਆ ਸਾਰਾ ਕੁਛ ਇਹਨਾਂ ਨੂੰ, ਔਰ ਜਦੋਂ ਪੰਥ ਵਿੱਚ ਲੀਡਰ ਬਣੇ ਉਦੋਂ ਵੀ ਮਹਿਤੇ ਤੋਂ ਸਰੋਪੇ ਲੈ ਕੇ ਬਣਦੇ ਰਹੇ।
ਜਦੋਂ ਜੇਲ੍ਹ ਵਿੱਚ ਬੈਠੇ ਦੁੱਖ ਚੱਲਦੇ ਸਨ, ਰੋਜ਼ਾਨਾ ਮਹਿਤੇ ਇਹਨਾਂ ਦੀਆਂ ਅਰਦਾਸਾਂ ਹੁੰਦੀਆਂ ਸਨ, ਮਹਿਤੇ ਇਹਨਾਂ ਦੇ ਅਖੰਡ ਪਾਠ ਹੁੰਦੇ ਸਨ। ਉਦੋਂ ਮਹਿਤੇ ਤੋਂ ਤੁਹਾਨੂੰ ਕੋਈ ਤਕਲੀਫ ਨਹੀਂ ਹੋਈ, ਅੱਜ ਮਹਿਤੇ ਤੋਂ ਬੜਾ ਤੁਹਾਨੂੰ ਦੁੱਖ ਲੱਗਦਾ। ਸਮਝਣ ਵਾਲਿਆਂ ਨੇ ਸਮਝ ਜਾਣਾ। ਸੋ ਖਾਲਸਾ ਜੀ, ਮੈਂ ਤਾਂ ਉੱਥੋਂ ਦਾ ਝਾੜੂ ਬਰਦਾਰ ਹੈ। ਉਹ ਜਿਹੜਾ ਮਹਿਤਾ ਹੈੱਡਕੁਆਟਰ ਹੈ, ਉਹ ਦਮਦਮੀ ਟਕਸਾਲ ਦਾ ਹੈੱਡਕੁਆਟਰ ਹੈ। ਦਮਦਮੀ ਟਕਸਾਲ ਦੇ ਉਹਨਾਂ ਸ਼ਹੀਦਾਂ ਦਾ ਘਰ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਸ਼ਹੀਦੀਆਂ ਦਿੱਤੀਆਂ। ਇਸ ਕਰਕੇ ਉਹਨਾਂ ਸ਼ਹੀਦਾਂ ਦੀ ਯਾਦ ਉਹਨਾਂ ਦੇ ਘਰ ਵਿੱਚ ਮਨਾਉਣੀ ਬੜੀ ਲਾਜ਼ਮੀ ਹੈ ਔਰ ਸਦਾ ਹੀ ਮਨਾਈ ਜਾਂਦੀ ਰਹੇਗੀ। ਇਹਨਾਂ ਲੋਕਾਂ ਦੇ ਗੁੰਮਰਾਹਕੁੰਨ ਪ੍ਰਚਾਰ ਦਾ ਅਸਰ ਨਹੀਂ ਆਪਾਂ ਆਪਣੇ ਉੱਤੇ ਕਬੂਲਣ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਆਪਾਂ ਰਤੀ ਭਰ ਵੀ ਪਰਵਾਹ ਨਹੀਂ ਕਰਨੀ। ਇਸ ਕਰਕੇ 6 ਜੂਨ ਨੂੰ ਹੁੰਮ ਹਮਾ ਕੇ ਸਾਰੇ ਇਲਾਕੇ ਵਿੱਚੋਂ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਪਹੁੰਚ ਕੇ ਉਹਨਾਂ ਸ਼ਹੀਦੀ ਸਮਾਗਮਾਂ ਵਿੱਚ ਆਪਾਂ ਹਾਜ਼ਰੀਆਂ ਭਰਨੀਆਂ। ਇਸ ਇਲਾਕੇ ਵਿੱਚੋਂ ਬਹੁਤ ਹੀ ਸਨਮਾਨਯੋਗ ਸੰਤ ਬਾਬਾ ਬੰਤਾ ਸਿੰਘ ਜੀ ਮੁੰਡੇ ਪਿੰਡ ਵਾਲੇ, ਉਹਨਾਂ ਦੀ ਅਗਵਾਈ ਵਿੱਚ ਗੱਡੀਆਂ ਦਾ ਕਾਫਲਾ ਜਾਏਗਾ। ਜਿਨ੍ਹਾਂ ਸੰਗਤਾਂ ਨੂੰ ਵੱਖ ਵੱਖ ਇਲਾਕਿਆਂ ਵਿੱਚ ਲੋੜ ਹੋਵੇ ਉਹ ਬਾਬਾ ਜੀ ਨਾਲ ਸੰਪਰਕ ਕਰਨ ਅਤੇ ਉਹਨਾਂ ਲਈ ਥਾਂ ਥਾਂ ਗੱਡੀਆਂ ਦਾ ਇੰਤਜ਼ਾਮ ਕਰ ਦਿੱਤਾ ਜਾਏਗਾ। ਸੋ ਇਹ ਬੇਨਤੀਆਂ ਸਾਰੀ ਸੰਗਤ ਨੇ ਪ੍ਰਵਾਨ ਕਰਨੀਆਂ।